ਅਨੇ ਤਰੀਖ ਦੇ ਐਕਸਰ ਪ੍ਰੋਗਰਾਮ ਦੇ ਸੱਦੇ ਤੇ ਪਹੁੰਚੇ ਮੈਂ ਸਾਰੇ ਸਤਕਾਰਯੋਗ ਭਰਾਵੋ ਮੇਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਭਗਵੰਤ ਮਾਨ ਦੇ ਲਈ ਮੁਸੀਬਤਾਂ ਵਧੀਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ ਲੋਕ ਅੱਜ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਕੇ ਰੰਦੇ ਲਈ ਵੱਡੀ ਤਦਾਦ ਦੇ ਵਿੱਚ ਪਹੁੰਚੇ ਸਨ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਜਿਹੜੇ ਬਜ਼ੁਰਗ ਖੜੇ ਆਏ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਦੇ ਜਿਹੜੇ ਬਜ਼ੁਰਗਾਂ ਜਿਹੜੇ ਤੁਸੀਂ ਨਜ਼ਰ ਮਾਰ ਰਹੇ ਹੋ ਜਿਨ੍ਹਾਂ ਦੇ ਉਸੇ ਤੇ ਪਿੰਡ ਦੇ ਲੋਕ ਹੀ ਬਾਗੀ ਹੋ ਗਏ ਨੇ ਭਗਵੰਤ ਮਾਨ ਤੋਂ ਕਿਉਂਕਿ ਇੱਕ ਪਾਸੇ ਸੱਚ ਦਾ ਸਾਥ ਦੇਣ ਦੇ ਲਈ ਵੱਡੀ ਤਰ੍ਹਾਂ ਦੇ ਵਿੱਚ ਪੂਰੇ ਪੰਜਾਬ ਤੋਂ ਜਿੱਥੇ ਵੱਡੀ ਬਤਾ ਦੇ ਵਿੱਚ ਜਥੇ ਪਹੁੰਚੇ ਨੇ ਦੂਸਰੇ ਪਾਸੇ ਮੁੱਖ ਮੰਤਰੀ ਦੇ ਖੁਦ ਦੇ ਪਿੰਡ ਦੇ ਵਿੱਚੋਂ ਵੀ ਵੱਡੀ ਤਰ੍ਹਾਂ ਦੇ ਵਿੱਚ ਲੋਕ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਪਹੁੰਚਿਆ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਭਾਨੇ ਸਿੱਧੂ ਦੇ ਨਾਲ ਤਜੱਦਦ ਕੀਤਾ ਜਾ ਰਿਹਾ ਹੈ ਸਿਰਫ ਇੱਕ ਮਾਫੀਆ ਵੱਲੋਂ ਜਿਹੜੇ ਕਿ ਟਰੈਵਲ ਜੰਟਾ ਉਹਨਾਂ ਵੱਲੋਂ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਕੇ ਤੱਕੇ ਦੇ ਨਾਲ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾ ਰਿਹਾ ਹੈ ਤੇ ਆਪਣੇ ਪਿੰਡ ਦੇ ਮੁੰਡੇ ਬਾਰੇ ਖੁੱਲ ਕੇ ਕੀ ਕੁਝ ਕਹਿ ਰਹੇ ਨੇ ਲੋਕੋ ਕੋ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਵੱਡੀ ਖਬਰ ਇਹ ਹੈ ਕਿ ਜਿੱਥੇ ਭਗਵੰਤ ਮਾਨ ਦਾ ਪੂਰੀ ਤਰ੍ਹਾਂ ਦੇ ਨਾਲ ਸਾਥ ਦਿੱਤਾ ਗਿਆ ਸੀ 2022 ਦੇ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪਿੰਡ ਦੇ ਲੋਕ ਉਸ ਦੇ ਜ਼ਿਲ੍ਹੇ ਸੰਗਰੂਰ ਦੇ ਲੋਕ ਜਿਸ ਤਰ੍ਹਾਂ ਦੇ ਨਾਲ ਆਪਣੇ ਪਿੰਡ ਦੇ ਨੌਜਵਾਨ ਦੇ ਨਾਲ ਖੜੇ ਸੀ ਪਰ ਅੱਜ ਜਿੱਥੇ ਦੂਸਰੇ ਪਾਸੇ ਪਾਨੇ ਸਿੱਧੂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ ਉੱਥੇ ਵੱਡੀ ਤਦਾਦ ਦੇ ਵਿੱਚ ਲੋਕ ਪਹੁੰਚੇ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੱਚ ਦਾ ਸਾਥ ਦੇਵਾਂਗੇ ਕਿਉਂਕਿ ਸੰਗਰੂਰ ਦੀ ਧਰਤੀ ਹੈ ਜਿਹੜੀ ਇਨਕਲਾਬੀਆਂ ਦੀ ਧਰਤੀ ਹੈ ਸ਼ਹੀਦ ਉਦਮ ਸਿੰਘ ਦੀ ਧਰਤੀ ਹੈ ਸੁਨਾਮ ਜਿੱਥੇ ਕਿ ਹਰ ਤਰ੍ਹਾਂ ਦੇ ਨਾਲ ਸ਼ਹੀਦਾਂ ਨੂੰ ਯਾਦ ਕਰਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਪਰਪਰ ਤੇ ਪਿੰਡ ਦੇ ਲੋਕ ਇਹ ਗੱਲ ਆਖ ਰਹੇ ਹੈ ਕਿ ਕੀ ਹੋਇਆ ਜਿਹਾ ਕਿਸ ਦੀ ਚਾਲ ਹੈ ਕਿਉਂਕਿ ਭਗਵੰਤ ਮਾਨ ਜਿਹਾ ਨਹੀਂ ਕਰ ਸਕਦਾ ਸਿਰਫ ਦਿੱਲੀ ਵਾਲਿਆਂ ਦੇ ਪਿੱਛੇ ਲੱਗਿਆ ਹੋਣ ਕਰਕੇ ਹੀ ਜਿਹੀਆਂ ਜੜੀਆਂ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਭਾਨਾ ਸਿੱਧੂ ਕਸੂਰਵਾਰ ਸੀ ਤੇ ਉਸ ਨੂੰ ਸਮਝਾਇਆ ਜਾ ਸਕਦਾ ਸੀ ਪਰ ਜਿਸ ਤਰ੍ਹਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਲੋਕ ਉੱਥੇ ਪਹੁੰਚ ਰਹੇ ਸੀ ਪਰ ਲੋਕਾਂ ਨੂੰ ਰੋਕਿਆ ਗਿਆ ਜਿਸ ਤਰ੍ਹਾਂ ਦੇ ਨਾਲ ਵੱਡੀ ਤਦਾਦ ਦੇ ਵਿੱਚ ਜਿਹੜੇ ਵੀ ਆਗੂ ਸੀ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਫੜੋ ਫੜਾਈ ਸਵੇਰ-ਸਵੇਰ ਸ਼ੁਰੂ ਹੋ ਗਈ ਸੀ 3 ਤਰੀਕ ਨੂੰ ਜਿਹੜੀ ਕਾਲ ਦਿੱਤੀ ਗਈ ਸੀ ਸੰਗਰੂਰ ਵਿجے ਪਹੁੰਚਣ ਦੀ ਮੁੱਖ ਮੰਤਰੀ ਦਾ ਘਰ ਘੇਰਨ ਦੀ ਉਸ ਨੂੰ ਅਸਫਲ ਕਰਨ ਦੇ ਲਈ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਲਗਾ ਦਿੱਤੀ ਗਈ ਸੀ ਪਰ ਲੋਕ ਜਿਸ ਤਰ੍ਹਾਂ ਦੇ ਨਾਲ ਰਾਹਾਂ ਦੇ ਵਿੱਚ ਦੀ ਹੋ ਕੇ ਖੇਤਾਂ ਦੇ ਵਿੱਚ ਦੀ ਹੋ ਕੇ ਕੱਚੇ ਪਹਿਆਂ ਦੇ ਉਤੋਂ ਦੀ ਹੋ ਕੇ ਉੱਥੇ ਪਹੁੰਚੇ ਨੇ ਉਸ ਤੋਂ ਬਾਅਦ ਵੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਪਹੁੰਚਣ ਦੇ ਵਿੱਚ ਸੰਗਰੂਰ ਪੂਰੀ ਤਰ੍ਹਾਂ ਦੇ ਨਾਲ ਹਾਲਾਂਕਿ ਸੀਲ ਕੀਤਾ ਗਿਆ ਸੀ ਪਰ ਸਫਲ ਹੋਏ ਨੇ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਵੱਡੀ ਤਦਾਦ ਦੇ ਵਿੱਚ ਲੋਕ ਪਹੁੰਚੇ ਨੇ ਤੇ ਆਪਣੇ ਜਿਹੜੇ ਕਿ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਹ ਗੱਲ ਆਕੀ ਗਈ ਸੀ ਕਿ ਉਸ ਨੂੰ ਰਿਹਾਈ ਕਰਾਉਣ ਦੇ ਲਈ ਪੂਰਾ ਜ਼ੋਰ ਲਗਾਉਣ ਗਿਆ ਉਸ ਨੌਜਵਾਨ ਦੇ ਹੱਕ ਦੇ ਲਈ ਖੜਨ ਦੇ ਲਈ ਉਸ ਨੂੰ ਬਾਜ ਜਿਤ ਰਿਹਾਈ ਕਰਾਉਣ ਦੇ ਲਈ ਪੂਰਾ ਜ਼ੋਰ ਲਗਾ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਨੌਜਵਾਨ ਨਿਕਲ ਕੇ ਸਾਹਮਣੇ ਆਏ ਆ ਕਿਸਾਨ ਯੂਨੀਅਨਾਂ ਦਾ ਸਾਥ ਮਿਲਿਆ ਸਰਕਾਰ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਵੱਧ ਰਿਹਾ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਨੌਜਵਾਨ ਪੂਰਾ ਪੰਜਾਬ ਉਮੜ ਕੇ ਸੰਗਰੂਰ ਪਹੁੰਚਿਆ ਹੈ ਹਾਲਾਂਕਿ ਬਹੁਤ ਨਾਕੇ ਲਗਾਏ ਗਏ ਨੇ ਪਰ ਲੋਕ ਰਾਹਾਂ ਦੇ ਵਿੱਚ ਦੀ ਹੋ ਕੇ ਖੇਤਾਂ ਦੇ ਵਿੱਚ ਦੀ ਹੋ ਕੇ ਪਾਣੀਆਂ ਦੇ ਵਿੱਚ ਦੀ ਲੰਘ ਕੇ ਕੱਚੇ ਰਾਹਾਂ ਦੇ ਉੱਤੋਂ ਦੀ ਲੰਘ ਕੇ ਵੀ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਕਰਨ ਘੇਰਨ ਦੇ ਵੀ ਪੂਰੀ ਕੋਸ਼ਿਸ਼